ਹਲੋ ਯਸ਼ிகா ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪ ਤੁਹਾਡੇ ਲਈ ਲੂਸ਼ਨਡ ਜੀਕੇ ਦਾ ਪਾਰਟ 6 ਲੈ ਕੇ حاضر ਹੋਇਆ ਇਸ ਸੈਸ਼ਨ ਦੇ ਵਿੱਚ ਆਪਾਂ ਲੂਸ਼ਨਡ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਡਿਸਕਸ ਕਰਾਂਗੇ ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਆਪਣੇ ਲੂਸ਼ਨਡ ਜੀਕੇ ਦੇ 5 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਐਮਸੀਕਿਊ ਡਿਸਕਸ ਕੀਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਅਦਰਵਾਈਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਪਲੇਲਿਸਟ ਦੇ ਵਿੱਚ ਜਾਓ ਉੱਥੇ ਤੁਹਾਨੂੰ ਅਲੱਗ-ਅਲੱਗ ਸਬਜੈਕਟਸ ਦੀਆਂ ਪਲੇਲਿਸਟਸ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਮਿਲ ਜਾਣਗੀਆਂ ਤਾਂ ਜਾ ਕੇ اٹੈਂਡ ਕਰੋ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ ਤਾਂ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅੱਜ ਦਾ ਜੋ ਆਪਣਾ ਸੈਸ਼ਨ ਹੈ ਇਸ ਸੈਸ਼ਨ ਦੇ ਵਿੱਚ ਆਪਾਂ ਲੂਸ਼ੰਡ ਜੀਕੇ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਡਿਸਕਸ ਕਰਨ ਜਾ ਰਹੇ ਹਾਂ ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਜ਼ਰੂਰ ਕਰਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਗਲੋਬ ਦੇ ਉੱਤੇ ਗ੍ਰੇਟ ਸਰਕਲ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਵਿਚ ਇਜ਼ ਕਾਲਡ ਅ ਗ੍ਰੇਟ ਸਰਕਲ ਔਨ ਗਲੋਬ ਲੂਸ਼ੰਡ ਜੀਕੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਟੈਟਿਕ ਜੀਕੇ ਇਹਦੇ ਵਿੱਚ ਤੁਹਾਡੀ ਕਵਰ ਹੁੰਦੀ ਹੈ ਲੂਸ਼ੰਡ ਜੀਕੇ ਦੇ ਵਿੱਚ ਤੇ ਜਿੰਨੇ ਵੀ ਕੁਸ਼ਚਨ ਤੁਹਾਡੇ ਇੰਪੋਰਟੈਂਟ ਹੁੰਦੇ ਨੇ ਬੇਸ਼ੱਕ ਉਹ ਜੀਓਗ੍ਰਾਫੀ ਹੋਣ ਪੋਲਿਟੀ ਹਿਸਟਰੀ ਠੀਕ ਹੈ ਜੀ ਤਾਂ ਸਾਇੰਸ ਹੋਗੀ ਸਿਨੇਮਾ ਹੋ ਗਿਆ ਜੋ ਵੀ ਕੁਸ਼ਚਨ ਤੁਹਾਨੂੰ ਜਿੱਥੋਂ ਵੀ ਆਉਂਦੇ ਨੇ ਉਹ ਸਾਰੇ ਕੁਸ਼ਚਨ ਆਪਾਂ ਲੂਸ਼ੰਡ ਜੀਕੇ ਦੇ ਵਿੱਚ ਕਵਰ ਕਰਾਂਗੇ ਤਾਂ ਲੂਸ਼ੰਡ ਜੀਕੇ ਦਾ ਇੱਕ ਵੀ ਪਾਰਟ ਤੁਸੀਂ ਮਿਸ ਨਾ ਕਰਿਓ ਤਾਂ ਕਿਉਂਕਿ ਤੁਹਾਨੂੰ ਜਿੰਨੇ ਵੀ ਤੁਹਾਡੇ ਆਉਣ ਵਾਲੇ ਪੇਪਰ ਨੇ ਬੇਸ਼ੱਕ ਉਹ ਪੰਜਾਬ ਲੈਵਲ ਦੇ ਹੋਣ ਬੇਸ਼ੱਕ ਉਹ ਇੰਡੀਆ ਲੈਵਲ ਦੇ ਹੋਣ ਤਾਂ ਉਹਦੇ ਵਿੱਚ ਤੁਹਾਨੂੰ ਇਹ ਸੀਰੀਜ਼ ਬਹੁਤ ਫਾਇਦਾ ਦੇਣੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਸਟੈਟਿਕ ਜਿਕੇ ਵੀ ਨਾਲ ਦੀ ਨਾਲ ਕਵਰ ਕਰਦੇ ਜਾ ਰਹੇ ਹਾਂ ਠੀਕ ਹੈ ਜੀ ਤਾਂ ਗਲੋਬ ਦੇ ਉੱਤੇ ਜਿਹੜਾ ਗ੍ਰੇਟ ਸਰਕਲ ਦੇ ਨਾਮ ਨਾਲ ਕਿਹਨੂੰ ਜਾਣਿਆ ਜਾਂਦਾ ਹੈ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਹੋਊਗਾ ਠੀਕ ਹੈ ਜੀ ਇਕੁਏਟਰ ਨੂੰ ਜਾਣਿਆ ਜਾਂਦਾ ਹੈ ਇਕੁਏਟਰ ਨੂੰ ਗ੍ਰੇਟ ਸਰਕਲ ਕਿਹਾ ਜਾਂਦਾ ਹੈ ਤਾਂ ਜਿਹੜਾ ਗਲੋਬ ਦੇ ਉੱਤੇ ਹੁੰਦਾ ਤਾਂ ਆਨਸਰ ਨੰਬਰ 3 ਇਹਦਾ ਆਨਸਰ ਹੋਊਗਾ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਬਹੁਤ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਰੇਖਾਵਾਂ ਜੋ ਇਕਵੇਟਰ ਦੇ ਸਮਾਨਾਂਤਰ ਹਨ ਕੀ ਕਹਾਉਂਦੀਆਂ ਨੇ ਲਾਈਨਸ ਡਰਾਉਣ ਪੈਰਲਲ ਟੂ ਦੀ ਇਕਵੇਟਰ ਇਜ਼ ਕਾਲਡ ਲੌਂਗੀਟਿਊਡ ਲੈਟਿਟਿਊਡ ਇਕਵੇਟਰ ਲਾਈਨਸ ਜਾਂ ਪੋਲਸ ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਆਉਂਦੇ ਨੇ ਤੇ ਇਹੀ ਤੁਹਾਨੂੰ ਕਨਫਿਊਜ਼ ਕਰਦੇ ਨੇ ਠੀਕ ਹੈ ਜੀ ਤਾਂ ਜੇਕਰ ਤੁਸੀਂ ਜੇਕਰ ਤੁਸੀਂ ਆਪਣੀਆਂ ਸੀਰੀਜ਼ ਅਟੈਂਡ ਕਰ ਰਹੇ ਹੋ ਤਾਂ ਇਹ ਕੁਐਸਚਨ ਤੁਸੀਂ ਆਰਾਮ ਨਾਲ ਅਟੈਂਪਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਉਹ ਕਿਹੜੀਆਂ ਰੇਖਾਵਾਂ ਨੇ ਜਿਹੜੀਆਂ ਇਕਵੇਟਰ ਦੇ ਪੈਰਲਲ ਨੇ ਸਮਾਨਾਂਤਰ ਨੇ ਠੀਕ ਹੈ ਜੀ ਉਹਦੇ ਨਾਲ ਹੀ ਹੁੰਦੀਆਂ ਨੇ ਸਮਾਨ ਹੀ ਹੁੰਦੀਆਂ ਨੇ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ ਲੈਟੀਟਿਊਡ ਕਿਹਾ ਜਾਂਦਾ ਉਹਨਾਂ ਨੂੰ ਠੀਕ ਹੈ ਜੀ ਤਾਂ ਉਹਨਾਂ ਨੂੰ ਲੈਟੀਟਿਊਡ ਕਿਹਾ ਜਾਂਦਾ ਹੈ ਲੇਟਵੀਂ ਲਾਈਨ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਲੈਟੀਟਿਊਡ ਤਾਂ ਆਨਸਰ ਨੰਬਰ 2 ਆਊਗਾ ਤਾਂ ਜਿਹੜੀਆਂ ਇਕਵੇਟਰ ਦੇ ਇੱਕ ਮਤਲਬ ਪੈਰਲਲ ਹੁੰਦੀਆਂ ਨੇ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲੈਟੀਟਿਊਡ ਕਿਹਾ ਜਾਂਦਾ ਆਨਸਰ ਨੰਬਰ 2 ਆਊਗਾ ਤਾਂ ਇਹ ਕੁਐਸਚਨ ਤੁਸੀਂ ਪੂਰੇ ਧਿਆਨ ਨਾਲ ਅਟੈਂਪਟ ਕਰਨਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਜੰਮੂ ਕਸ਼ਮੀਰ ਵਿੱਚ ਜੋਜੀਲਾ ਪਾਸ ਜੋੜਦਾ ਹੈ ਜੋਜੀਲਾ ਪਾਸ ਇਨ ਜੇ ਐਂਡ ਕੇ ਜੰਮੂ ਐਂਡ ਕਸ਼ਮੀਰ ਕਨੈਕਟਸ ਠੀਕ ਹੈ ਜੀ ਦੋ ਚੀਜ਼ਾਂ ਨੂੰ ਜੋੜਦਾ ਦੋ ਸਿਟੀਆਂ ਨੂੰ ਜੋੜਦਾ ਇਹ ਤਾਂ ਕਿਹੜੀਆਂ-ਕਿਹੜੀਆਂ ਸਿਟੀਆਂ ਨੂੰ ਜੋੜਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼੍ਰੀਨਗਰ ਐਂਡ ਲੇ ਲੇ ਐਂਡ ਲਦਾਖ ਸਿੱਕੇਮ ਐਂਡ ਜੰਮੂ ਜਾਂ ਲਦਾਖ ਐਂਡ ਹਿਮਾਚਲ ਤਾਂ ਜਿਹੜਾ ਜੋਜੀਲਾ ਪਾਸ ਹੈ ਬਹੁਤ ਫੇਮਸ ਪਾਸ ਹੈ ਇਹ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਤੁਹਾਡਾ ਆਨਸਰ ਕੁਐਸਚਨ ਇਹਦੇ ਵਿੱਚੋਂ ਕਈ ਕੁਐਸਚਨ ਬਣਦੇ ਆ ਜੰਮੂ ਕਸ਼ਮੀਰ ਦੇ ਵਿੱਚ ਇਹ ਠੀਕ ਹੈ ਜੀ ਤਾਂ ਜੇ ਤੁਹਾਨੂੰ ਇਹ ਪੁੱਛਣਗੇ ਜੋਜੀਲਾ ਪਾਸ ਕਿੱਥੇ ਐਗਜ਼ੈਕਟਲੀ ਦੀ ਲੋਕੇਸ਼ਨ ਕਿੱਥੇ ਹੈ ਤਾਂ ਕਿੱਥੇ ਹੈ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਇਹੀ ਪਹਿਲੀ ਗੱਲ ਤੋਂ ਤੁਹਾਡਾ ਇਹ ਆਨਸਰ ਕੁਐਸਚਨ ਦਾ ਬਣਦਾ ਹੈ ਤਾਂ ਦੂਸਰਾ ਜਿਹੜਾ ਕੁਐਸਚਨ ਬਣਦਾ ਕਿ ਕਿਹੜੀਆਂ-ਕਿਹੜੀਆਂ ਇਹ ਸਿਟੀਜ਼ ਨੂੰ ਜੋੜਦਾ ਠੀਕ ਹੈ ਜੀ ਇਹ ਤੁਹਾਨੂੰ ਪੁੱਛਿਆ ਜਾਊਗਾ ਇਹੋ ਜਿਹੇ ਕੁਐਸਚਨ ਤੁਹਾਨੂੰ ਆਉਣਗੇ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊ ਸ਼੍ਰੀਨਗਰ ਐਂਡ ਲੇ ਸ਼੍ਰੀਨਗਰ ਨੂੰ ਤੇ ਲੇ ਨੂੰ ਇਹ ਜੋੜਦਾ ਹੈ ਜਿਹੜਾ ਜੋਜੀਲਾ ਪਾਸ ਹੈ ਠੀਕ ਹੈ ਜੀ ਕਿੱਥੇ ਹੈ ਜੰਮੂ ਦੇ ਵਿੱਚ ਤਾਂ ਜਿੰਨੇ ਵੀ ਤੁਹਾਡੇ ਇਹ ਪਾਸਸੇਜ਼ ਨੇ ਜਿਹੜੀ ਆਪਣੀ ਜੀਓਗ੍ਰਾਫੀ ਉਦੇ ਵਿੱਚ ਤੁਹਾਨੂੰ ਮੈਂ ਇੱਕ ਇੱਕ ਜਿਹੜਾ ਚੈਪਟਰ ਹੈ ਜਿਹਦੇ ਵਿੱਚ ਪਾਸੇ ਆ ਗਏ ਠੀਕ ਹੈ ਜੀ ਤੁਹਾਡੇ ਗ੍ਰਹਿ ਆ ਗਏ ਸਾਰੇ ਜਾਨੀ ਕਿ ਜੀਓਗ੍ਰਾਫੀ ਦਾ ਤੁਹਾਡੀਆਂ ਨਦੀਆਂ ਆ ਗਈਆਂ ਤਾਂ ਉਹ ਸਾਰਾ ਕੁਝ ਉਹਦੇ ਵਿੱਚ ਮੈਂ ਕਵਰ ਕਰਵਾਇਆ ਹੋਇਆ ਤਾਂ ਜੀਓਗ੍ਰਾਫੀ ਦਾ ਆਪਣਾ ਜਿਹੜਾ ਸੈਸ਼ਨ ਉਹ ਜਰੂਰ ਅਟੈਂਡ ਕਰਿਓ ਠੀਕ ਹੈ ਜੀ ਇਹ ਜਿਹੜੀ ਆਪਣੀ ਲੂਸ਼ਨ ਜੀਕੇ ਇਹਦੇ ਵਿੱਚ ਤੁਹਾਡੀ ਸਾਰੀ ਸਟੈਟਿਕ ਜੀਕੇ ਓਵਰਆਲ ਆਪਾਂ ਇਹਦੇ ਵਿੱਚ ਕਲੀਅਰ ਕਰਵਾ ਦਾਂਗੇ ਠੀਕ ਹੈ ਜੀ ਤਾਂ ਆਨਸਰ ਨੰਬਰ 1 ਹੋਊਗਾ ਇਹਦਾ ਸ਼੍ਰੀਨਗਰ ਐਂਡ ਲੇ ਠੀਕ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਹੈ ਇਹ ਜੋ ਜ਼ਿਲ੍ਹਾ ਪਾਸ ਕਿਹੜੇ ਕਿਹੜੇ ਸਿਟੀਜ਼ ਨੂੰ ਜੋੜਦਾ ਹੈ ਸ਼੍ਰੀਨਗਰ ਐਂਡ ਲੇ ਤਾਂ ਆਨਸਰ ਨੰਬਰ 1 ਇਹਦਾ ਆਨਸਰ ਹੋ ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਖਾਰੇ ਪਾਣੀ ਦੀ ਵੱਡੀ ਝੀਲ ਸਾਂਬਰ ਝੀਲ ਕਿਹੜੇ ਰਾਜ ਵਿੱਚ ਸਾਂਬਰ ਲੇਕ ਲਾਰਜੈਸਟ ਸਾਲਟ ਵਾਟਰ ਲੇਕ ਲੋਕੇਟਡ ਇਨ ਵਿਚ ਸਟੇਟ ਤਾਂ ਇਹਦੇ ਵਿੱਚ ਵੀ ਤੁਹਾਡੇ ਤਿੰਨ ਤੋਂ ਚਾਰ ਕੁਐਸਚਨ ਕਵਰ ਹੋ ਰਹੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਸਾਂਬਰ ਲੇਕ ਬਾਰੇ ਇਹ ਪੁੱਛਿਆ ਜਾ ਸਕਦਾ ਹੈ ਕਿ ਇਹ ਕਿਹੜੇ ਪਾਣੀ ਦੀ ਝੀਲ ਹੈ ਮਿੱਠੇ ਪਾਣੀ ਦੀ ਝੀਲ ਹੈ ਜਾਂ ਖਾਰੇ ਪਾਣੀ ਦੀ ਝੀਲ ਹੈ ਠੀਕ ਹੈ ਜੀ ਤਾਂ ਇਹ ਕਿਹੜੀ ਹੈ ਸਾਲਟ ਵਾਟਰ ਹੈ ਖਾਰੇ ਪਾਣੀ ਦੀ ਝੀਲ ਹੈ ਇਹ ਜਿਹੜੀ ਸਾਂਬਰ ਲੇਕ ਹੈ ਦੂਸਰਾ ਤੁਹਾਨੂੰ ਪੁੱਛਿਆ ਜਾਊਗਾ ਇਹ ਕਿੱਥੇ ਸਥਿਤ ਹੈ ਰਾਜਸਥਾਨ ਮੱਧ ਪ੍ਰਦੇਸ਼ ਬਿਹਾਰ ਜਾਂ ਝਾਰਖੰਡ ਤਾਂ ਜਿੰਨੇ ਵੀ ਤੁਹਾਡੀਆਂ ਲੀਕਸ ਨੇ ਉਹ ਏ ਟੂ ਜ਼ੈਡ ਜਿਹੜਾ ਵੀ ਤੁਹਾਨੂੰ ਸਟੈਟਿਕ ਦੇ ਵਿੱਚ ਆਉਂਦਾ ਠੀਕ ਹੈ ਜੀ ਸਟੈਟਿਕ ਜੀਕੇ ਪਹਿਲਾਂ ਤੁਹਾਡੀ ਕਵਰ ਹੋਣੀ ਚਾਹੀਦੀ ਹੈ ਅੱਗੇ ਤੁਸੀਂ ਫੇਰ ਹੀ ਪੜ੍ਹ ਸਕਦੇ ਹੋ ਕਿਉਂਕਿ ਜੇਕਰ ਤੁਹਾਨੂੰ ਸਟੈਟਿਕ ਜੀਕੇ ਦੇ ਵਿੱਚੋਂ ਜਿਹੜੇ ਕੁਸ਼ਨ ਨੇ ਉਹ ਆਉਂਦੇ ਹੀ ਆਉਂਦੇ ਨੇ ਠੀਕ ਹੈ ਜੀ ਦੋ ਚਾਰ ਕੁਸ਼ਨ ਤੁਹਾਨੂੰ ਦੇਖਣ ਨੂੰ ਮਿਲਦੇ ਹੁੰਦੇ ਨੇ ਪੇਪਰ ਦੇ ਵਿੱਚ ਬੇਸ਼ੱਕ ਉਹ ਇੰਡੀਆ ਲੈਵਲ ਦਾ ਪੇਪਰ ਹੋਵੇ ਕੋਈ SSC ਦਾ ਹੋਵੇ ਠੀਕ ਹੈ ਜੀ ਤਾਂ ਬੇਸ਼ੱਕ ਉਹ ਪੰਜਾਬ ਲੈਵਲ ਦਾ ਤਾਂ ਇਹ ਤੁਸੀਂ ਆਪਣੀਆਂ ਜਿਹੜੀਆਂ ਲੂਸ਼ੰਟ ਜੀਕੇ ਐ ਤਾਂ ਜੇਕਰ ਤੁਸੀਂ ਆਪਣੀ ਜੀਕੇ ਦੇ ਵਿੱਚ ਸਟਰੋਂਗ ਹੋਣਾ ਚਾਹੁੰਦੇ ਹੋ ਤਾਂ ਲੂਸ਼ੰਟ ਜੀਕੇ ਦੀ ਇਹਦੇ ਵਿੱਚ ਤੁਹਾਡੇ ਸਾਰੇ ਸਬਜੈਕਟਿਵ ਕਲੀਅਰ ਹੋ ਜਾਣਗੇ ਇੱਕ ਸੈਸ਼ਨ ਦੇ ਵਿੱਚ ਠੀਕ ਹੈ ਜੀ ਤਾਂ ਆਨਸਰ ਨੰਬਰ 1 ਇਹਦਾ ਆਨਸਰ ਆਊਗਾ ਰਾਜਸਥਾਨ ਦੇ ਵਿੱਚ ਇਹ ਲੇਕ ਹੈ ਜਿਹੜੀ ਸਾਂਭਰ ਲੇਕ ਹੈ ਖਾਰੇ ਪਾਣੀ ਦੀ ਝੀਲ ਹੈ ਇਹ ਕਿੱਥੇ ਸਥਿਤ ਹੈ ਰਾਜਸਥਾਨ ਦੇ ਵਿੱਚ ਤਾਂ ਰਾਜਸਥਾਨ ਦੇ ਵਿੱਚ ਤੁਹਾਨੂੰ ਮੈਂ ਐਗਜ਼ੈਕਟ ਸਿਟੀ ਵੀ ਦੱਸਦਾ ਕਿੱਥੇ ਅਜਮੇਰ ਦੇ ਵਿੱਚ ਠੀਕ ਹੈ ਅਜਮੇਰ ਸ਼ਰੀਫ ਲੋਕ ਬਹੁਤ ਮੰਨਦੇ ਨੇ ਅਜਮੇਰ ਨੂੰ ਤਾਂ ਅਜਮੇਰ ਦੇ ਵਿੱਚ ਇਹ ਲੇਕ ਹੈ ਠੀਕ ਹੈ ਜੀ ਸਾਂਭਰ ਲੇਕ ਹੈ ਜਿਹੜੀ ਰਾਜਸਥਾਨ ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਤਾਂ ਕਈ ਵਾਰੀ ਤੁਹਾਨੂੰ ਹਿਲਸ ਪੁੱਛ ਲੈਂਦੇ ਨੇ ਤਾਂ আরাਵਲੀ ਹिल्स ਨੇ ਤੇ ਠੀਕ ਹੈ ਜੀ আরাਵਲੀ আরাਵਲੀ ਹिल्स ਨੇ ਰਾਜਸਥਾਨ ਦੇ ਵਿੱਚ ਸਭ ਤੋਂ 올ਡੇਸਟ ਰੇਂਜ ਹੈ ਇਹ আরাਵਲੀ ਰੇਂਜ ਹੈ ਜਿਹੜੀ ਠੀਕ ਹੈ ਜੀ ਤਾਂ ਇਹ ਵੀ ਰਾਜਸਥਾਨ ਦੇ ਵਿੱਚ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਆਨਸਰ ਨੰਬਰ 1 ਅਗਲਾ ਜਿਹੜਾ ਆਪਣਾ ਕੁਐਸਚਨ ਹੈ ਭਾਰਤ ਤੇ ਸ਼੍ਰੀਲੰਕਾ ਨੂੰ ਕਿਹੜਾ ਸਟ੍ਰੇਟ ਵੱਖ ਕਰਦਾ ਹੈ ਵਿਚ ਸਟੇਟ ਸੈਪਰੇਟਸ ਇੰਡੀਆ ਐਂਡ ਸ਼੍ਰੀਲੰਕਾ 10 ਡਿਗਰੀ ਚੈਨਲਸ ਪਾਕ ਸਟੇਟ ਟੁੰਡਰਾ ਸਟ੍ਰੇਟ ਜਾਂ 올 ਆਫ ਦੀ ਬਬ ਤਾਂ ਭਾਰਤ ਅਤੇ ਸ਼੍ਰੀਲੰਕਾ ਨੂੰ ਠੀਕ ਹੈ ਜੀ ਸ਼੍ਰੀਲੰਕਾ ਨੂੰ ਹੋਰ ਕੀ ਕਿਹਾ ਜਾਂਦਾ ਹੈ ਭਾਰਤ ਦਾ ਅਥਰੂ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਸ਼੍ਰੀਲੰਕਾ ਹੈ ਇਹ ਇੱਕ ਹੰਝੂ ਦੀ ਤਰ੍ਹਾਂ ਦੀ ਸ਼ੇਪ ਬਣੀ ਹੋਈ ਹੈ ਠੀਕ ਹੈ ਜੀ ਤਾਂ ਸ਼੍ਰੀਲੰਕਾ ਦੀ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਭਾਰਤ ਤੇ ਸ਼੍ਰੀਲੰਕਾ ਨੂੰ ਕਿਹੜਾ ਸਟ੍ਰੇਟ ਵੱਖ ਕਰਦਾ ਹੈ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ ਪਾਕ ਸਟ੍ਰੇਟ ਹੈ ਠੀਕ ਹੈ ਜੀ ਪਾਕ ਸਟ੍ਰੇਟ ਇਹਨੂੰ ਕਿਹਾ ਜਾਂਦਾ ਹੈ ਤਾਂ ਆਨਸਰ ਨੰਬਰ 2 ਆਊਗਾ ਇਹ ਸਟ੍ਰੇਟ ਇੰਡੀਆ ਤੇ ਸ਼੍ਰੀਲੰਕਾ ਨੂੰ ਵੱਖ ਕਰਦਾ ਹੈ ਠੀਕ ਹੈ ਜੀ ਆਨਸਰ ਨੰਬਰ 2 ਆਊਗਾ ਇਹਦਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਿਹੜਾ ਅਨੁਛੇਦ ਨਾਗਰਿਕਤਾ ਨਾਲ ਸੰਬੰਧਿਤ ਹੈ ਵਿਚ ਆਰਟੀਕਲ ਇਜ਼ ਰਿਲੇਟਡ ਟੂ ਸਿਟੀਜ਼ਨਸ਼ਿਪ 5 ਟੂ 11 12 ਟੂ 35 36 ਟੂ 51 ਜਾਂ 52 ਟੂ 62 5 ਤੋਂ 11 12 ਤੋਂ 35 36 ਤੋਂ 51 ਜਾਂ 52 ਤੋਂ 62 ਤਾਂ ਉਹ ਕਿਹੜੇ ਅਨੁਛੇਦ ਨੇ ਜਿਹੜੇ ਨਾਗਰਿਕਤਾ ਦੇ ਨਾਲ ਸੰਬੰਧਿਤ ਨੇ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊਗਾ 5 ਤੋਂ 11 ਤੇ ਪਾਰਟ ਕਿਹੜਾ ਹੈ ਪਾਰਟ 2 ਠੀਕ ਹੈ ਜੀ ਪਾਰਟ ਸੈਕੰਡ ਹੈ ਇਹ ਜਿਹੜਾ ਕਿ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਹੈ ਤੇ ਆਰਟੀਕਲ ਨੇ 5 ਤੋਂ 11 ਤੱਕ ਤਾਂ ਜਿਹੜਾ ਪਾਰਟ 3 ਹੈ ਉਹ ਆਪਣਾ ਫੰਡਾਮੈਂਟਲ ਰਾਈਟਸ ਦੇ ਨਾਲ 12 ਤੋਂ 35 ਉਸ ਤੋਂ ਬਾਅਦ ਪਾਰਟ ਜਿਹੜਾ 4 ਹੈ ਉਹ ਆਪਣਾ ਡੀਪੀਐਸਪੀ ਦੇ ਨਾਲ ਹੈ ਠੀਕ ਹੈ ਜੀ 36 ਤੋਂ 51 52 ਤੋਂ 62 ਜਿਹੜੇ ਆਰਟੀਕਲ ਨੇ ਇਹ ਆਪਣੇ ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਨੇ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖਣਾ ਤਾਂ ਇਹ ਸਾਰੇ ਆਰਟੀਕਲ ਮੈਂ ਤੁਹਾਨੂੰ ਇੱਕ ਦੇ ਵਿੱਚ ਹੀ ਕੁਐਸਚਨ ਦੇ ਵਿੱਚ ਆਪਾਂ ਅਟੈਂਪਟ ਕਰਵਾਤੇ ਤਾਂ 5 ਤੋਂ 11 ਜਿਹੜਾ ਆਰਟੀਕਲ ਹੈ ਇਹ ਸਿਟੀਜ਼ਨਸ਼ਿਪ ਦੇ ਨਾਲ ਹੈ ਤੇ ਪਾਰਟ ਕਿਹੜਾ ਹੈ 2 ਠੀਕ ਹੈ ਜੀ ਪਾਰਟ ਸੈਕੰਡ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਕੁਸ਼ਚਨ ਹੈ 5 ਤੋਂ 11 ਅਗਲਾ ਜਿਹੜਾ ਆਪਣਾ ਕੁਸ਼ਚਨ ਹੈ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਸੰਵਿਧਾਨ ਦੀ ਸੋਧ ਨਾਲ ਸੰਬੰਧਿਤ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਅਮੈਂਡਮੈਂਟ ਆਫ ਕਨਸਟੀਟਿਊਸ਼ਨ ਮੰਨ ਲਓ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਸੋਧ ਕਰਨੀ ਹੈ ਤਾਂ ਤੁਹਾਨੂੰ ਕਿਹੜੇ ਆਰਟੀਕਲ ਦੇ ਥਰੂ ਜਾਣਾ ਪਊਗਾ ਤਾਂ ਆਰਟੀਕਲ 368 ਆਰਟੀਕਲ 32 ਆਰਟੀਕਲ 226 ਜਾਂ ਆਰਟੀਕਲ 52 ਆਰਟੀਕਲ 368 ਆਰਟੀਕਲ 32 ਆਰਟੀਕਲ 226 ਜਾਂ ਆਰਟੀਕਲ 52 ਠੀਕ ਹੈ ਜੀ ਤਾਂ ਸੰਵਿਧਾਨ ਦਾ ਕਿਹੜਾ ਉਹ ਆਰਟੀਕਲ ਹੈ ਜਿਹਦੇ ਥਰੂ ਤੁਸੀਂ ਸੰਵਿਧਾਨ ਦੀ ਅਮੈਂਡਮੈਂਟ ਕਰ ਸਕਦੇ ਹੋ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ ਠੀਕ ਹੈ ਜੀ ਕਿਉਂਕਿ ਇਹ ਸੰਵਿਧਾਨ ਦੇ ਅਮੈਂਡਮੈਂਟ ਦੇ ਨਾਲ ਸੰਬੰਧਿਤ ਹੈ ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਆਰਟੀਕਲ 368 ਇਹਨੂੰ ਕਿਹਾ ਜਾਂਦਾ ਹੈ 368 ਨੰਬਰ ਆਰਟੀਕਲ ਹੈ ਜਿਹਦੇ ਥਰੂ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ ਸੰਵਿਧਾਨ ਦੇ ਵਿੱਚ ਆਰਟੀਕਲ 32 ਤੁਹਾਨੂੰ ਪਤਾ ਹੈ ਕਿ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਕਿਹਾ ਵੀ ਆਰ ਅੰਬੇਦਕਰ ਨੇ ਨੂੰ ਠੀਕ ਹੈ ਜੀ ਤਾਂ ਇਹ ਕੀ ਹੈ ਇਹ ਕਨਸਟੀਟਿਊਸ਼ਨਲ ਰੈਮਡੀਜ਼ ਨੇ ਮੰਨ ਲਓ ਤੁਸੀਂ ਫੰਡਾਮੈਂਟਲ ਰਾਈਟ ਆਪਣੇ ਲਾਗੂ ਕਰਵਾਉਣੇ ਨੇ ਤਾਂ ਕਿਹੜੇ ਆਰਟੀਕਲ ਦੇ ਥਰੂ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਆਰਟੀਕਲ 32 ਦੇ ਥਰੂ ਤੇ ਆਰਟੀਕਲ 226 ਦੇ ਥਰੂ ਕਿੱਥੇ ਜਾ ਸਕਦੇ ਹੋ ਹਾਈ ਕੋਰਟ ਦੇ ਵਿੱਚ ਆਰਟੀਕਲ 52 ਕਿਹਦੇ ਨਾਲ ਰਿਲੇਟਡ ਹੈ ਪ੍ਰੈਜ਼ੀਡੈਂਟ ਦੇ ਨਾਲ ਠੀਕ ਹੈ ਜੀ ਤਾਂ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਹੈ ਆਰਟੀਕਲ 52 ਕਿ ਆਪਣੇ ਦੇਸ਼ ਦਾ ਇੱਕ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਹੈ ਤਾਂ ਆਨਸਰ ਨੰਬਰ 1 ਇਹਦਾ ਆਨਸਰ ਆਊਗਾ ਠੀਕ ਹੈ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਿਹੜਾ ਅਨੁਛੇਦ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਪੰਚਾਇਤੀ ਰਾਜ ਆਰਟੀਕਲ 40 ਆਰਟੀਕਲ 243 ਆਰਟੀਕਲ 32 ਜਾਂ ਬੋਥ 1 ਐਂਡ 2 ਆਰਟੀਕਲ 40 ਆਰਟੀਕਲ 243 ਆਰਟੀਕਲ 32 ਜਾਂ ਪਹਿਲਾ ਤੇ ਦੂਜਾ ਦੋਨੇ ਤਾਂ ਇਹਦਾ ਜਿਹੜਾ ਆਨਸਰ ਹੋਵੇ ਜਿਹੜੇ ਇਹੋ ਜਿਹੇ ਕੁਐਸਚਨ ਹੁੰਦੇ ਨੇ ਪੂਰੇ ਧਿਆਨ ਨਾਲ ਅਟੈਂਪਟ ਕਰਨੇ ਹੁੰਦੇ ਨੇ ਠੀਕ ਹੈ ਜੀ ਕਾਹਲ ਨਹੀਂ ਕਰਨੀ ਹੁੰਦੀ ਤਾਂ ਇਸ ਕਰਕੇ ਜਿਹੜਾ ਆਨਸਰ ਆਊਗਾ ਆਨਸਰ ਨੰਬਰ 4 ਆਊਗਾ ਠੀਕ ਹੈ ਜੀ ਬੋਥ 1 ਐਂਡ 2 ਆਰਟੀਕਲ 40 ਕਿਹਦੇ ਨਾਲ ਸੰਬੰਧਿਤ ਆਪਣਾ ਡੀਪੀਐਸਪੀ ਦਾ ਪਾਰਟ ਹੈ ਠੀਕ ਹੈ ਜੀ ਇਹ ਡੀਪੀਐਸਪੀ ਦੇ ਵਿੱਚ ਆਉਂਦਾ ਹੈਗਾ ਜਿਹੜਾ ਆਰਟੀਕਲ 40 ਹੈਗਾ ਤੇ ਆਰਟੀਕਲ 243 ਵੀ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਤਾਂ ਡੀਪੀਐਸਪੀ ਦੇ ਵਿੱਚ ਕਈ ਵਾਰੀ ਕੁਐਸਚਨ ਨੂੰ ਘੁਮਾ ਕੇ ਪੁੱਛ ਲੈਂਦੇ ਨੇ ਕਿ ਡੀਪੀਐਸਪੀ ਦੇ ਵਿੱਚ ਉਹ ਕਿਹੜਾ ਆਰਟੀਕਲ ਹੈ ਜਿਹੜਾ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ ਆਰਟੀਕਲ 40 ਹੈ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੋਊ ਆਨਸਰ ਨੰਬਰ 4 ਆਊ ਕਿਉਂਕਿ 243 ਵੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ ਤਾਂ ਆਨਸਰ ਨੰਬਰ 4 ਆ ਨੀਚੇ ਮੈਂ ਮੈਂਸ਼ਨ ਵੀ ਕੀਤਾ ਹੈ ਤਾਂ ਆਰਟੀਕਲ 243 ਤੋਂ A ਤੋਂ ਲੈ ਕੇ O ਤੱਕ ਪਾਰਟ 9 ਦੇ ਵਿੱਚ ਕੀ ਦੇ ਨਾਲ ਸੰਬੰਧ ਨੇ ਪੰਚਾਇਤੀ ਰਾਜ ਦੇ ਨਾਲ ਤੇ ਇੱਕ ਆਪਣਾ ਆਰਟੀਕਲ 40 ਠੀਕ ਹੈ ਜੀ ਇਹ ਡੀ ਪੀਐਸਪੀ ਦਾ ਪਾਰਟ ਹੈ ਤਾਂ ਇਹ ਤੁਸੀਂ ਸਾਰੇ ਆਰਟੀਕਲ ਯਾਦ ਰੱਖਣੇ ਨੇ ਬਹੁਤ ਇੰਪੋਰਟੈਂਟ ਨੇ ਵਾਰ-ਵਾਰ ਪੁੱਛੇ ਜਾਂਦੇ ਨੇ ਠੀਕ ਹੈ ਜੀ ਤਾਂ ਆਨਸਰ ਨੰਬਰ 4 ਇਹਦਾ ਆਨਸਰ ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਸੰਵਿਧਾਨ ਦਾ ਕਿਹੜਾ ਅਨੁਛੇਦ ਵਾਤਾਵਰਨ ਦੀ ਰੱਖਿਆ ਨਾਲ ਸੰਬੰਧਿਤ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ এনवायरमेंट ਪ੍ਰੋਟੈਕਸ਼ਨ ਆਰਟੀਕਲ 40 ਆਰਟੀਕਲ 52 ਆਰਟੀਕਲ 48 ਏ ਜਾਂ ਆਰਟੀਕਲ 21 ਏ ਠੀਕ ਹੈ ਜੀ ਤਾਂ ਆਰਟੀਕਲ 40 ਤਾਂ ਆਪਾਂ ਹੁਣੇ ਹੀ ਕਰਕੇ ਆਏ ਆ ਪ੍ਰੀਵੀਅਸ ਕੁਐਸਚਨ ਦੇ ਵਿੱਚ ਤਾਂ ਕਿਹਦੇ ਨਾਲ ਸੰਬੰਧ ਹੈ ਪੰਚਾਇਤੀ ਰਾਜ ਦੇ ਨਾਲ ਡੀ ਪੀ ਐਸ ਪੀ ਦਾ ਪਾਰਟ ਹੈ ਆਰਟੀਕਲ 52 ਇਹ ਕਹਿੰਦਾ ਕਿ ਆਪਣੇ ਦੇਸ਼ ਦਾ ਇੱਕ ਪ੍ਰੈਜ਼ੀਡੈਂਟ ਹੋਵੇਗਾ ਠੀਕ ਹੈ ਜੀ ਤਾਂ ਆਰਟੀਕਲ 48 ਇਹਦਾ ਆਨਸਰ ਆਊਗਾ ਆਨਸਰ ਨੰਬਰ 3 ਤਾਂ ਆਰਟੀਕਲ ਜਿਹੜਾ 48 ਏ ਐ ਏ ਕਿਉਂ ਲਿਖਿਆ ਕਿਉਂਕਿ ਅਮੈਂਡਮੈਂਟ ਹੋਈ ਹੈ ਦੀ ਅਮੈਂਡਮੈਂਟ ਦੇ ਥਰੂ ਇਹ ਐਡ ਹੋਇਆਗਾ ਤਾਂ ਆਨਸਰ ਨੰਬਰ 3 ਹੋਊਗਾ 48 ਏ ਠੀਕ ਹੈ ਜੀ ਤਾਂ ਇਹ ਵੀ ਡੀ ਪੀ ਐਸ ਪੀ ਦਾ ਪਾਰਟ ਹੈ ਠੀਕ ਹੈ ਜੀ ਡੀ ਪੀ ਐਸ ਪੀ ਦਾ ਪਾਰਟ ਹੈ ਇਹ ਜਿਹੜਾ ਕਿ এনवायरमेंट ਪ੍ਰੋਟੈਕਸ਼ਨ ਦੀ ਗੱਲ ਕਰਦਾ ਠੀਕ ਹੈ ਜੀ ਤਾਂ ਆਰਟੀਕਲ 21 ਏ ਇਹ ਕਿਹਦੇ ਨਾਲ ਹੈ ਇਹ ਆਪਣਾ ਐਜੂਕੇਸ਼ਨਲ ਰਾਈਟ ਹੈ ਇੱਕ ਇਹ ਇੱਕ ਫੰਡਾਮੈਂਟਲ ਰਾਈਟ ਦਾ ਪਾਰਟ ਹੈ ਠੀਕ ਹੈ ਜੀ ਇਹ ਵੀ 21 ਏ ਜਿਹੜਾ ਕਹਿੰਦਾ ਕਿ 6 ਤੋਂ 14 ਸਾਲ ਦੇ ਬੱਚੇ ਨੂੰ ਫ੍ਰੀ ਤੇ ਕੰਪਲਸਰੀ ਸਿੱਖਿਆ ਦੇਣੀ ਜ਼ਰੂਰੀ ਹੈ ਇਹ ਇਹ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਦਰਜ ਹੈ ਤਾਂ ਬਿਲਕੁਲ ਹੈ ਠੀਕ ਹੈ ਜੀ ਐਮੈਂਡਮੈਂਟ ਦੇ ਥਰੂ ਇਹ ਐਡ ਕੀਤਾ ਗਿਆ 21 A ਠੀਕ ਹੈ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 3 ਆਊਗਾ ਠੀਕ ਹੈ ਜੀ 48 A ਜਿਹੜਾ ਕਹਿੰਦਾ এনवायरमेंट ਦੀ ਪ੍ਰੋਟੈਕਸ਼ਨ ਦੀ ਗੱਲ ਕਰਦਾ ਠੀਕ ਹੈ ਜੀ ਤਾਂ ਇਹ ਆਨਸਰ ਨੰਬਰ 3 ਹੈ ਅਗਲਾ ਜਿਹੜਾ ਆਪਣਾ ਕੁਸ਼ਨ ਹੈ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰਪਤੀ ਦੀ ਦੰਡ ਮਾਫੀ ਸ਼ਕਤੀ ਨਾਲ ਸੰਬੰਧਿਤ ਹੈ ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ ਤੁਹਾਨੂੰ ਪੁੱਛਿਆ ਜਾਊਗਾ ਵਾਰ-ਵਾਰ ਇਹ ਪੁੱਛਿਆ ਜਾਂਦਾ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲ ਇਜ਼ ਰਿਲੇਟਡ ਟੂ ਪਾਰਡਨ ਪਾਵਰ ਆਫ ਪ੍ਰੈਜ਼ੀਡੈਂਟ ਤਾਂ ਆਰਟੀਕਲ 72 ਆਰਟੀਕਲ 16 ਆਰਟੀਕਲ 52 ਆਰਟੀਕਲ 18 ਠੀਕ ਹੈ ਜੀ ਤਾਂ ਜਿਹੜੇ ਬਾਕੀ ਆਰਟੀਕਲ ਨੇ ਪਹਿਲਾਂ ਮੈਂ ਤੁਹਾਨੂੰ ਉਹ ਦੱਸਦਾ ਤਾਂ ਆਰਟੀਕਲ 18 ਤੁਹਾਨੂੰ ਪਤਾ ਕਿ ਆਰਟੀਕਲ 18 ਕਿਸ ਦੇ ਨਾਲ ਸੰਬੰਧਤ ਹੈ ਅਬੋਲੀਸ਼ਨ ਆਫ ਟਾਈਟਲਸ ਠੀਕ ਹੈ ਜੀ ਜਿੰਨੇ ਵੀ ਪਹਿਲਾਂ ਟਾਈਟਲ ਚੱਲਦੇ ਸੀ ਰਾਜ ਅਬੋਲਿਸ਼ ਕਰਦੇ ਨੇ ਉਹ ਆਪਾਂ ਟਾਈਟਲ ਐਕਸੈਪਟ ਨਹੀਂ ਕਰ ਸਕਦੇ ਹੈਰਿਡਿਟੀ ਜਿਹੜੇ ਟਾਈਟਲ ਸੀ ਤਾਂ ਜੇਕਰ ਤੁਹਾਡੇ ਕੋਲੇ ਤੁਸੀਂ ਖੁਦ ਕੋਈ ਅਰਜਿਤ ਕੀਤਾਗਾ ਖੁਦ ਆਪਣੀ ਮਿਹਨਤ ਦੇ ਨਾਲ ਕਮਾਇਆ ਉਹ ਤੁਸੀਂ ਲਗਾ ਸਕਦੇ ਹੋ ਜਿਵੇਂ ਕਿ ਪੀ ਐਚ ਡੀ ਕਰਕੇ ਆਪਾਂ ਆਪਣੇ ਨਾਮ ਦੇ ਮੂਰੇ ਡਾਕਟਰ ਲਗਾ ਸਕਦੇ ਹਾਂ ਉਹ ਆਪਾਂ ਨੂੰ ਕੋਈ ਨਹੀਂ ਹਟਾ ਸਕਦਾ ਬਟ ਜਿਹੜੇ ਰਾਜਾ ਮਹਾਰਾਜਾ ਹੈਰਿਡਿਟਰੀ ਸੀਗੇ ਜਿਹੜੇ ਉਹ ਸਾਰੇ ਖਤਮ ਕਰਦੇ ਅਬੋਲਿਸ਼ ਕਰਦੇ ਠੀਕ ਹੈ ਜੀ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਤੇ ਆਰਟੀਕਲ 52 ਕਿਸ ਦੇ ਨਾਲ ਸੰਬੰਧਤ ਹੈ ਕਿ ਆਪਣੇ ਦੇਸ਼ ਦਾ ਇੱਕ ਰਾਸ਼ਟਰਪਤੀ ਹੋਣਾ ਚਾਹੀਦਾ ਠੀਕ ਹੈ ਜੀ ਇਹ ਵੀ ਤੁਹਾਨੂੰ ਪੁੱਛਿਆ ਜਾਊਗਾ ਤੇ ਆਰਟੀਕਲ 16 ਕਿਸ ਦੇ ਇਹ ਹੈਗਾ ਆਪਣਾ ਪਬਲਿਕ এমਪਲੋਇਮੈਂਟ ਦੇ ਨਾਲ ਮੰਨ ਲਓ ਜੇ ਕੋਈ ਨੌਕਰੀ ਦਾ ਕੋਈ ਇਸ਼ਤਿਹਾਰ ਆਉਂਦਾ ਤਾਂ ਉਹ ਸਾਰਿਆਂ ਲਈ ਪਬਲਿਸ਼ ਹੋਊਗਾ ਤੇ ਜਿਹਦੀ ਜਿਹਦੀ ਯੋਗਤਾ ਹੈ ਉਹਨੂੰ ਅਪਲਾਈ ਕਰ ਸਕਦਾ ਠੀਕ ਹੈ ਜੀ ਤਾਂ ਆਨਸਰ ਨੰਬਰ 2 ਆਨਸਰ ਨੰਬਰ 1 ਇਹਦਾ ਆਨਸਰ ਆਊਗਾ ਠੀਕ ਹੈ ਜੀ ਆਰਟੀਕਲ ਜਿਹੜਾ 72 ਹੈ ਇਹ ਦੀ ਪਾਰਡਨ ਪਾਵਰ ਦੇ ਨਾਲ ਪਾਰਡਨ ਪਾਵਰ ਵੈਸੇ ਤਾਂ ਗਵਰਨਰ ਕੋਲੇ ਵੀ ਹੁੰਦੀ ਹੈ ਬਟ ਇਹਦੇ ਕੋਲੇ ਪਾਰਡਨ ਪਾਵਰ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਡੈਥ ਪੈਨਲਟੀ ਨੂੰ ਵੀ ਮਾਫ ਕਰ ਸਕਦਾ ਠੀਕ ਹੈ ਜੀ ਤਾਂ ਡੈਥ ਪੈਨਲਟੀ ਮੰਨ ਲਓ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਗੀ ਉਹਨੂੰ ਕਨਵਰਟ ਕਰ ਸਕਦਾ ਹੈ ਉਮਰ ਕੈਦ ਦੀ ਸਜ਼ਾ ਦੇ ਵਿੱਚ ਤਾਂ ਇਹਦੇ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਪ੍ਰੈਜ਼ੀਡੈਂਟ ਕੋਲੇ ਤਾਂ ਆਰਟੀਕਲ 72 ਇਹਦਾ ਅਨਸਰ ਆਊਗਾ ਅਨਸਰ ਨੰਬਰ 1 ਜਿਹੜਾ ਪਾਰਡਨ ਪਾਵਰ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਅਨਸਰ ਨੰਬਰ 1 ਅਗਲਾ ਜਿਹੜਾ ਆਪਣਾ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀਆਂ ਲਿਖਤਾਂ ਦਰਸ਼ਨ ਸ਼ਾਸਤਰ ਨਾਲ ਸੰਬੰਧਿਤ ਹਨ ਵਿਚ ਆਫ ਦੀ ਫੋਲੋਇੰਗ ਟੈਕਸਟ ਆਰ ਰਿਲੇਟਡ ਟੂ ਫਿਲਾਸਫੀ ਵੇਦ ਉਪਨਿਸ਼ਦ ਉਪਵੇਦ ਜਾਂ ਸੁਕ ਠੀਕ ਹੈ ਜੀ ਤੇ ਤੁਹਾਨੂੰ ਪੁੱਛਿਆ ਜਾਊਗਾ ਕਿ ਉਹ ਕਿਹੜੀਆਂ ਲਿਖਤਾਂ ਜਿਹੜੀਆਂ ਫਿਲਾਸਫੀ ਦੇ ਨਾਲ ਰਿਲੇਟਡ ਨੇ ਤਾਂ ਬਹੁਤ ਇੰਪੋਰਟੈਂਟ ਹੈ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਠੀਕ ਹੈ ਜੀ ਤਾਂ ਜਿਹੜੇ ਕੁਐਸਚਨ ਵਾਰ-ਵਾਰ ਪੁੱਛੇ ਜਾਂਦੇ ਨੇ ਤੇ ਅੱਗੇ ਆਉਣ ਦੀ ਸੰਭਾਵਨਾ ਹੈ ਸਿਰਫ ਉਹ ਕੁਐਸਚਨ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਤੁਹਾਡੀ ਸਟੈਟਿਕ ਜੀਕੇ ਸਾਰੀ ਆਪਾਂ ਕਵਰ ਕਰਵਾ ਦਾਂਗੇ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 2 ਆਊ ਉਪਨਿਸ਼ਦ ਨੇ ਉਹ ਠੀਕ ਹੈ ਜੀ ਉਪਨਿਸ਼ਦ ਉਪਨਿਸ਼ਦ ਦੇ ਵਿੱਚ ਇਹ ਜਿਹੜੇ ਫਿਲਾਸਫੀ ਦੇ ਨਾਲ ਸੰਬੰਧਿਤ ਨੇ ਠੀਕ ਹੈ ਜੀ ਇਹਦੇ ਵਿੱਚ ਹਿੰਦੂ ਫਿਲਾਸਫੀ ਦੀ ਜ਼ਿਆਦਾ ਗੱਲ ਕੀਤੀ ਗਈ ਹੈ ਤਾਂ ਵੈਸੇ ਹੀ ਫਿਲਾਸਫੀ ਦੇ ਬਹੁਤ ਮਹਾਨ ਗ੍ਰੰਥ ਨੇ ਉਪਨਿਸ਼ਦ ਠੀਕ ਹੈ ਜੀ ਤਾਂ ਆਨਸਰ ਨੰਬਰ 2 ਇਹਦਾ ਆਨਸਰ ਆਊਗਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਦੂਜੀ ਬੋਧੀ ਮੀਟਿੰਗ ਦਾ ਮੁੱਖ ਲੀਡਰ ਕੌਣ ਸੀ ਤਾਂ ਬੋਧੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਚਾਰ ਮੀਟਿੰਗਸ ਹੋਈਆਂ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਚਾਰ ਮੀਟਿੰਗਸ ਹੋਈਆਂ ਨੇ ਇਹ ਤੁਹਾਨੂੰ ਦੂਸਰੀ ਦਾ ਪੁੱਛ ਰਹੇ ਨੇ ਵਿਚ ਆਫ ਦੀ ਫੋਲੋਇੰਗ ਕਵਾਸ ਦੀ ਲੀਡਰ ਆਫ ਸੈਕੰਡ ਬੁੱਧਿਸਟ ਕਾਉਂਸਲ ਆਜਾਤ ਸ਼ਤਰੂ ਕਾਲਾਸ਼ੋ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ ਠੀਕ ਹੈ ਜੀ ਕਾਲਾਸ਼ੋਕ ਕਾਲਾਸ਼ੋਕੇ ਦਾ ਮਤਲਬ ਲੀਡਰ ਸੀਗਾ ਮੇਨ ਜਿਹਨੇ ਇਹ ਮੀਟਿੰਗ ਕਰਵਾਈ ਸੀ ਆਰਗੇਨਾਈਜ਼ ਕੀਤੀ ਸੀ ਕਾਲਾਸ਼ੋਕ ਨੇ ਠੀਕ ਹੈ ਜੀ ਚਾਰੋਂ ਵੋਦੀ ਮੀਟਿੰਗ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਬਹੁਤ ਇੰਪੋਰਟੈਂਟ ਨੇ ਤਾਂ ਆਨਸਰ ਨੰਬਰ 2 ਆਊਗਾ ਇਹਦਾ ਤਾਂ ਕਦੋਂ ਹੋਈ ਸੀ ਇਹ 383 BC ਦੇ ਵਿੱਚ ਹੋਈ ਸੀ ਠੀਕ ਹੈ ਜੀ ਪਹਿਲੀ ਪਹਿਲੀ ਕਿਹਨੇ ਅਟੈਂਡ ਕੀਤੀ ਸੀ ਪਹਿਲੇ ਦਾ ਜਿਹੜਾ ਮੇਨ ਲੀਡਰ ਕੌਣ ਸੀ ਆਜਾਦ ਸ਼ਤਰੂ 3ਰਡ ਦਾ ਸੀਗਾ ਅਸ਼ੋਕ ਤੇ 4ਥ ਦਾ ਸੀਗਾ ਕਨਿਸ਼ਕ ਠੀਕ ਹੈ ਜੀ ਸੈਕੰਡ ਆਪਾਂ ਕਰ ਲਈ ਕੌਣ ਸੀ ਕਾਲਾਸ਼ੋਕ ਤਾਂ ਇਹ ਚਾਰੋਂ ਬੁੱਧਿਸਟ ਕਾਉਂਸਲ ਦੇ ਲੀਡਰ ਤੁਹਾਨੂੰ ਮੈਂ ਕਰਵਾ ਦੇ ਇੱਕੋ ਕੁਐਸਚਨ ਦੇ ਵਿੱਚ ਤਾਂ ਫਰਸਟ ਦਾ ਅਜਾਸ਼ਤਰੂ 3ਰਡ ਦਾ ਅਸ਼ੋਕ 4ਥ ਦਾ ਕਨਿਸ਼ਕ ਠੀਕ ਹੈ ਜੀ ਤਾਂ ਇਹਦਾ ਤੁਸੀਂ ਯਾਦ ਰੱਖਣਾ ਬਹੁਤ ਇੰਪੋਰਟੈਂਟ ਨੇ ਅੱਗੇ ਵੀ ਆਪਾਂ ਡਿਟੇਲ ਦੇ ਵਿੱਚ ਇਹਨੂੰ ਕਰਾਂਗੇ ਅਗਲੇ ਆਉਣ ਵਾਲੀ ਸੀਰੀਜ਼ ਦੇ ਵਿੱਚ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕਾਂਸੇ ਦੀ ਨਰਤਕੀ ਸਿੰਧੂ ਘਾਟੀ ਸਭਿਅਤਾ ਦੇ ਕਿਹੜੇ ਸ਼ਹਿਰ ਵਿੱਚ ਮਿਲੀ ਬ੍ਰੌਂਜ਼ ਡਾਂਸਿੰਗ ਗਰਲ ਵਾਸ ਫਾਊਂਡ ਇਨ ਵਿਚ ਸਿਟੀ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਲੋਥਲ ਮੋਹਨਜੋਦਾਰ ਤਾਂ ਕਾਂਸੇ ਦੀ ਇੱਕ ਡਾਂਸਿੰਗ ਗਰਲ ਮਿਲੀ ਹੈ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ ਮਹਨਜੋਦਾਰੋ ਮਹਨਜੋਦਾਰੋ ਇੱਕ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਸਭ ਤੋਂ ਬਿਗ ਸਿਟੀ ਇਹਨੂੰ ਕਿਹਾ ਜਾਂਦਾ ਠੀਕ ਹੈ ਜੀ ਤਾਂ ਮਹਨਜੋਦਾਰੋ ਤਾਂ ਇਹਦਾ ਜਿਹੜਾ ਆਨਸਰ ਆਨਸਰ ਨੰਬਰ 2 ਆਊਗਾ ਤਾਂ ਇਹਨੂੰ ਮਾਉਂਡ ਆਫ ਡੈਡ ਵੀ ਕਿਹਾ ਜਾਂਦਾ ਮੁਰਦਿਆਂ ਦਾ ਟਿੱਲਾ ਮਹਨਜੋਦਾਰੋ ਨੂੰ ਤੇ ਕਿੱਥੇ ਬੀਰਡਡ ਮੈਨ ਮਿਲੇਗਾ ਠੀਕ ਹੈ ਜੀ ਬੀਰਡਡ ਮੈਨ ਵੀ ਇੱਥੇ ਮਿਲੇਗਾ ਦਾੜੀ ਵਾਲਾ ਆਦਮੀ ਜਿਹਨੂੰ ਆਪਾਂ ਕਹਿੰਦੇ ਹਾਂ ਠੀਕ ਹੈ ਜੀ ਤਾਂ ਕਈ ਬੰਦੇ ਉਹਨੂੰ ਪ੍ਰਾਈਮ ਮਿਨਿਸਟਰ ਮੋਦੀ ਨਾਲ ਵੀ ਰਿਲੇਟ ਕਰ ਰਹੇ ਨੇ ਕਿਉਂਕਿ ਉਹਦਾ ਫੇਸ ਉਹਦੇ ਨਾਲ ਮਿਲਦਾ ਜੁਲਦਾ ਠੀਕ ਹੈ ਜੀ ਤਾਂ ਤੁਸੀਂ ਗੂਗਲ ਤੇ ਸਰਚ ਮਾਰਿਓ ਵਿਡਰਡ ਮੈਨ ਮਹਨਜੋਦਾਰੋ ਠੀਕ ਹੈ ਜੀ ਤੁਹਾਨੂੰ ਉਹਦੀ ਪਿਕ ਆ ਜੂ ਤੁਹਾਡੇ ਸਾਹਮਣੇ ਤਾਂ ਉਹ ਵੀ ਇੱਥੇ ਮਿਲਿਆ ਮਹਨਜੋਦਾਰੋ ਇਹ ਪੁੱਛਿਆ ਜਾਂਦਾ ਹੈ ਕਈ ਵਾਰ ਆਨਸਰ ਨੰਬਰ 2 ਹੈ ਡਾਂਸਿੰਗ ਗੱਲ ਕਿੱਥੇ ਮਿਲੀ ਹੈ ਮਹਨਜੋਦਾਰੋ ਦੇ ਵਿੱਚ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਮਹਾਤਮਾ ਬੁੱਧ ਨੇ ਘਰ ਛੱਡਣ ਦੀ ਘਟਨਾ ਲਈ ਕਿਹੜਾ ਚਿੰਨ ਹੈ ਵਿਚ ਆਫ ਦੀ ਫੋਲੋਇ ਤਾਂ ਉਹਦੇ ਲਈ ਕਿਹੜਾ ਚਿੰਨ ਯੂਜ਼ ਹੁੰਦਾ ਹੈ ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੱਕ ਇੱਕ ਚਿੰਨੇ ਦੇ ਲਈ ਯੂਜ਼ ਕੀਤਾ ਜਾਂਦਾ ਹੈ ਤਾਂ ਲੋਟਸ ਹਾਰਸ ਬੋਲ ਜਾਂ ਬੋਧੀ ਟਰੀ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਹੈ ਹਾਰਸ ਠੀਕ ਹੈ ਜੀ ਉੱਥੇ ਚਿੰਨ ਲਾਇਆ ਜਾਂਦਾ ਹੈ ਹਾਰਸ ਤਾਂ ਆਨਸਰ ਨੰਬਰ 2 ਹੈ ਉਹ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਸ਼ਚਨ ਹੈ ਅੱਜ ਦੇ ਸੈਸ਼ਨ ਦੇ ਨਾਲ ਰਿਲੇਟਡ ਸੰਗੀਤ ਨਾਲ ਸੰਬੰਧਿਤ ਵੇਦ ਕਿਹੜਾ ਹੈ ਵਿਚ ਆਫ ਦੀ ਫੋਲੋਇੰਗ ਵੇਦ ਇਜ਼ ਰਿਲੇਟਡ ਟੂ 뮤직 ਸਾਮਵੇਦ ਅਥਰਵ ਵੇਦ ਰਿਗਵੇਦ ਜਾਂ ਯਜੁਰਵੇਦ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਹੋਊਗਾ ਇਹਦਾ ਜਿਹੜਾ ਯਾਦ ਕਰਨ ਦਾ ਤਰੀਕਾ ਕੀ ਹੈ ਸਾਮਵੇਦ ਸਾਮਵੇਦ ਮਤਲਬ ਸਾ ਰੇ ਗਾ ਮਾ ਪਾ ਠੀਕ ਹੈ ਜੀ ਸਾ ਰੇ ਗਾ ਮਾ ਪਾ ਕਹਦੇ ਚ ਹੁੰਦਾ ਸੰਗੀਤ ਦੇ ਵਿੱਚ ਹੁੰਦਾ ਹੈ ਤਾਂ ਸਾ ਸਾ ਮਤਲਬ ਸਾਮਵੇਦ ਠੀਕ ਹੈ ਜੀ ਸਾ ਵੀ ਅੱਗੇ ਹੁੰਦਾ ਸਾਮਵੇਦ ਦੇ ਅੱਗੇ ਵੀ ਸਾ ਹੁੰਦਾ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਸਾਮਵੇਦ ਉਹ ਵੇਦ ਹੈ ਠੀਕ ਹੈ ਜੀ ਜਿਹੜਾ 뮤직 ਦੇ ਨਾਲ ਸੰਬੰਧਿਤ ਹੈ ਤਾਂ ਆਨਸਰ ਨੰਬਰ 1 ਹੋਊਗਾ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਤਾਂ ਸਾਰੇ ਕੁਐਸਚਨ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਿਓ 2-3 ਵਾਰ ਵੀਡੀਓ ਨੂੰ ਦੇਖਿਆ ਕਰੋ ਜਿਹਦੇ ਨਾਲ ਤੁਹਾਡੀ ਰਿਵੀਜ਼ਨ ਚੰਗੀ ਹੋ ਸਕੇ ਠੀਕ ਹੈ ਜੀ ਕਿਉਂਕਿ ਜਿੰਨਾ ਤੁਸੀਂ ਸੁਣੋਗੇ ਉਹਨਾਂ ਤੁਹਾਡੇ ਯਾਦ ਰਹਿਣਾ ਇੱਕ ਵਾਰ ਸੁਣਨਾ ਹੈ ਤੁਹਾਡੇ ਯਾਦ ਨਹੀਂ ਹੋਣਾ ਜੇ ਤੁਸੀਂ 2-3 ਵਾਰ ਇਹਨੂੰ ਰਿਵਾਈਜ਼ ਕਰੋਗੇ ਤਾਂ ਆਰਾਮ ਨਾਲ ਤੁਹਾਡੇ ਇਹ ਸਾਰੇ ਕੁਐਸਚਨ ਯਾਦ ਹੋ ਜਾਣਗੇ ਠੀਕ ਹੈ ਜੀ ਤਾਂ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਜੇਕਰ ਤੁਹਾਨੂੰ ਕਲਾਸਿਸ ਆਪਣੀਆਂ ਚੰਗੀਆਂ ਲੱਗਦੀਆਂ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਤੁਹਾਨੂੰ ਆਪਣਾ ਸੈਸ਼ਨ ਲੱਗਿਆ ਤੇ ਕਿਹੋ ਜਿਹੇ ਕੁਸ਼ਚਨ ਅੱਗੇ ਲੈ ਕੇ ਆਉਣੇ ਚਾਹੀਦੇ ਨੇ ਠੀਕ ਹੈ ਜੀ ਤਾਂ ਉਹ ਆਪਣੀ ਸਾਰੀ ਰਾਏ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਆਪਾਂ ਤੁਹਾਡੇ ਹਿਸਾਬ ਨਾਲ ਹੀ ਚੱਲਣਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਜਿਵੇਂ ਤੁਹਾਡੇ ਯਾਦ ਹੁੰਦਾ ਜਿਵੇਂ ਤੁਹਾਡੀ ਤਿਆਰੀ ਹੁੰਦੀ ਹੈ ਠੀਕ ਹੈ ਜੀ ਤਾਂ ਜੇਕਰ ਵੀਡੀਓ ਚੰਗੇ ਲੱਗੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਰਨ ਦੇ ਨਾਲ ਸਾਨੂੰ ਇੱਕ ਹੌਸਲਾ ਮਿਲਦਾ ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤਾਂ ਆਪਾਂ 15 ਕੁਐਸਚਨਸ ਦੇ ਨਾਲ ਨਾਲ ਕਈ ਆਪਾਂ ਇਹਨਾਂ ਦੇ ਨਾਲ ਰਿਲੇਟਡ ਫੈਕਟ ਵੀ ਆਪਾਂ ਕਲੀਅਰ ਕੀਤੇ ਨੇ ਤਾਂ ਅੱਜ ਦੀ ਵੀਡੀਓ ਦਾ ਆਪਾਂ ਇ ਬਹੁਤ ਬਹੁਤ ਧੰਨਵਾਦ